दिवाली दे त्यौहार ते इस बार फाजिलका जिले विच 67 व्यक्तियों नूं पटाकियां दी विक्री लई जिला प्रशासन वल्लों मंजूरी दित्ती गई, जिस विच फाजिलका ते जलालाबाद विच 18-18, अबोहर विच 25 ते अरनीवाड़ा विच 6 आरजी लाइसेंस जारी किए गए हैं। डिप्टी कमिश्नर फाजिलका बविता कलेर की हाजिरी विच डीसी दफ्तर विखे इस नूं लै के ड्रा कढ़े गए। उन्हां दस्या कि सरकार दीआं हदायतां अनुसार केवल ग्रीन श्रेणी के पटाकियां दी ही विक्री की जानी है अते लड़ियां वाले पटाकियां दी विक्री नहीं हो सकेगी। ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਅੱਜ ਪਟਾਕਿਆਂ ਦੇ ਹੋਲਸੇਲ ਡੀਲਰਸ ਵਾਸਤੇ ਡਰਾਅ ਜਿਵੇਂ ਹਰ ਸਾਲ ਕੱਢੇ ਗਏ ਹੈਗੇ ਨੇ, ਸਾਡੇ ਕੋਲ ਵੱਖ ਜਿਹੜੇ ਹੈਗੇ ਨੇ ਫਾਜ਼ਿਲਕਾ, ਜਲਾਲਾਬਾਦ, ਅਬੋਹਰ ਔਰ ਅਰਨੀਵਾਲਾ ਦੇ ਕੋਲ ਟੋਟਲ 1730 ਐਪਲੀਕੇਸ਼ਨਸ ਆਈਆਂ ਸੀ। ਐਸ ਪਰ ਰੂਲਸ ਉਹਨਾਂ ਦੇ ਵਿੱਚੋਂ ਅਸੀਂ ਜੋ ਸਾਨੂੰ ਅਲਾਊਡ ਸੰਖਿਆ ਹੈਗੀ ਉਹਨਾਂ ਦੇ ਡਰਾਅ ਕੱਢੇ ਗਏ ਹੈਗੇ ਆ। ਟੋਟਲ 67 ਅਰਜ਼ੀਆਂ ਜਿਹੜੀਆਂ ਹੈਗੀਆਂ ਉਹ ਲਾਇਸੈਂਸ ਅਸੀਂ ਦੇਣੇ ਸੀਗੇ। ਉਹਨਾਂ ਦੇ ਵਿੱਚੋਂ ਜਿਹੜੇ ਫਾਜ਼ਿਲਕਾ ਦੇ ਵਿੱਚ ਸੀਗੇ 18 ਲਾਇਸੈਂਸ ਦਿੱਤੇ ਗਏ ਨੇ, ਅਬੋਹਰ ਦੇ ਵਿੱਚ 25, ਜਲਾਲਾਬਾਦ 18 ਤੇ ਅਰਨੀਵਾਲਾ ਦੇ ਵਿੱਚ 6 ਲਾਇਸੈਂਸ ਜਿਹੜੇ ਨੇ ਉਹ ਫਾਈਨਲ ਹੋਏ ਨੇ। ਕਿਸ ਤਰ੍ਹਾਂ ਦੇ ਹਦਾਇਤਾਂ ਦਿੱਤੀਆਂ ਗਈਆਂ ਨੇ ਜੇ ਜਦੋਂ ਇਸਤੇਮਾਲ ਜਾਂ ਵੇਚਦੇ ਨੇ ਜੀ ਇਹ ਪਟਾਕੇ ਜੀ? ਦੇਖੋ, ਇਨਵਾਇਰਮੈਂਟ ਇਸ਼ੂਜ਼ ਨੂੰ ਦੇਖਦੇ ਹੋਏ ਗਵਰਨਮੈਂਟ ਆਫ ਇੰਡੀਆ ਦੇ ਅਤੇ ਸੁਪਰੀਮ ਕੋਰਟ ਦੀਆਂ ਕੁਝ ਗਾਈਡਲਾਈਨਸ ਹੈਗੀਆਂ ਨੇ, ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਹੈਗੀਆਂ ਕਿ ਇੱਕ ਤਾਂ ਪਟਾਕੇ ਜਿਹੜੇ ਚਲਾਏ ਜਾਣੇ ਹੈਗੇ ਹੈ, ਇਸ ਵਾਰੀ ਗ੍ਰੀਨ ਦੀਵਾਲੀ ਦਾ ਕੰਸੈਪਟ ਹੈ, ਇਸ ਵਾਰੀ ਵੀ ਕਾਫੀ ਸਾਲਾਂ ਤੋਂ ਚੱਲ ਰਿਹਾ ਹੈਗਾ। ਉਹਦੇ ਵਿੱਚ ਕੁਝ ਪਟਾਕੇ ਹੈਗੇ ਜਿਹੜੇ ਬੈਨ ਕੀਤੇ ਗਏ ਨੇ ਕਿ ਕਿਹੜੇ ਨਹੀਂ ਚਲਾਉਣੇ। ਗ੍ਰੀਨ ਪਟਾਕਿਆਂ ਦੀ ਹਦਾਇਤ ਹੈਗੀ ਕਿ ਉਹੀ ਵੇਚੇ ਜਾਣੇ ਆ ਅਤੇ ਉਹੀ ਚਲਾਏ ਜਾਣੇ ਨੇ। ਇਸ ਤੋਂ ਇਲਾਵਾ ਟਾਈਮਿੰਗ ਫਿਕਸ ਹੈਗੇ ਪਟਾਕੇ ਚਲਾਉਣ ਵਾਸਤੇ ਕਿ ਕਿਸ ਟਾਈਮ ਦੇ ਉੱਤੇ ਅਸੀਂ ਪਟਾਕੇ ਚਲਾ ਸਕਦੇ ਹੈਗੇ, ਉਹ ਸਾਰੀਆਂ ਹਦਾਇਤਾਂ ਗਾਈਡਲਾਈਨਸ ਜਦੋਂ ਉਹਨਾਂ ਨੂੰ ਲਾਇਸੈਂਸ ਇਸ਼ੂ ਕੀਤਾ ਜਾਂਦਾ ਅਤੇ ਉਹਦੇ ਵਿੱਚ ਅਸੀਂ ਦਿੱਤੀਆਂ। ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ, ਪਬਲਿਕ ਨੂੰ ਵੀ ਕਹਿੰਦੇ ਹਾਂ, ਕਿਉਂਕਿ ਇਹ ਜਿਹੜੀ ਵਾਤਾਵਰਨ ਹੈਗਾ ਸਾਡਾ ਆਪਣਾ, ਉਹਨੂੰ ਸਾਫ਼ ਸੰਭਾਲ ਕਰਨਾ ਸਾਡੀ ਆਪਣੀ ਜ਼ਿੰਮੇਦਾਰੀ ਹੈ, ਕਿਉਂਕਿ ਪਟਾਕਿਆਂ ਦੇ ਨਾਲ ਧੂੰਆਂ ਹੁੰਦਾ ਹੈ। ਬਟ ਅਸੀਂ ਇਹ ਨਹੀਂ ਚਾਹੁੰਦੇ ਕਿ ਤੁਸੀਂ ਨਾ ਚਲਾਓ, ਬਟ ਅਸੀਂ ਕਹਿੰਦੇ ਹਾਂ ਕਿ ਤੁਸੀਂ ਪੋਲਿਊਸ਼ਨ ਦੀ ਜਿਹੜੀ ਹੈਗੀ ਡਿਗਰੀ ਨੂੰ ਦੇਖਦੇ ਹੋਏ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਟਾਈਮ ਜਿਹੜਾ ਫਿਕਸ ਕੀਤਾ ਗਿਆ ਉਹਦੇ ਵਿੱਚ ਪਟਾਕੇ ਚਲਾਵੋ, ਅਤੇ ਜਿਹੜੇ ਅਲਾਊਡ ਪਟਾਕੇ ਹੈਗੇ ਗ੍ਰੀਨ ਪਟਾਕੇ ਉਹੀ ਵੇਚੋ ਅਤੇ ਖਰੀਦੋ ਵੀ ਉਹੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।